ਦੁਨੀਆਂ ਤੇ ਵੀ ਨਹੀਂ ਆਉਣਾ ਉਸ ਟਾਈਮ। ਉਹ ਬੇਟਾ ਉਦੋਂ ਆਵੇਗਾ, ਤੁਹਾਡੀ ਹੋਰ ਬੀਵੀ ਹੋਵੇਗੀ, ਪਰ ਮੈਂ ਉਹ ਬੇਟਾ ਤੁਹਾਡੇ ਕੋਲੋਂ ਸੁਲਭ ਉਧਾਰ ਲੈ ਰਹੀ ਹਾਂ। ਮੈਂ ਉਹਨੂੰ ਆਪਣਾ ਬੇਟਾ ਕਹਿ ਰਹੀ ਹਾਂ, ਨਾ ਉਹਦਾ ਆਭਾਸ ਰੱਖ ਦੇਣਾ। ਮੈਂ ਛੋਟੇ ਛੋਟੇ ਕੱਪੜੇ ਸੀ ਕੇ ਜਾ ਰਹੀ ਹਾਂ ਅਤੇ ਉਹਨੂੰ ਪਵਾ ਦੇਣਾ। ਅਤੇ ਬੀਬੀ ਨੇ ਅਲੀ ਪਾਕ ਕੋਲ ਗੱਲ ਕੀਤੀ ਅਤੇ ਮੈਂ ਅਕਸ਼ਰ ਪੜ੍ਹਨਾ, ਲਾਲ ਜਿਹੜਾ ਅਲੀ ਕੋਲੋਂ ਫਾਤਮਾ ਨੇ ਮੰਗਿਆ, ਲਾਲ ਜਿਹੜਾ ਅਲੀ ਕੋਲੋਂ। ਮੈਂ ਆਪਣੀ ਮਰਜ਼ੀ ਨਾਲ ਅਸ਼ੇ ਸੁਣਾ ਰਿਹਾ ਤਾਂ, ਨਾ ਕਿ ਫਰਮਾਇਸ਼ ਸੀ ਨਾ ਕਿਸੇ ਮੈਨੂੰ ਆਖਿਆ। ਲਾਲ ਜਿਹੜਾ ਅਲੀ ਕੋਲੋਂ ਫਾਤਮਾ ਨੇ ਮੰਗਿਆ, ਉਹਨੇ ਅੱਜ ਆ ਕੇ ਇਸ ਧਰਤੀ ਨੂੰ ਰੰਗਿਆ, ਧਰਤੀ ਨੂੰ ਰੰਗਿਆ। ਲਾਲ ਜਿਹੜਾ ਅਲੀ ਕੋਲੋਂ ਫਾਤਮਾ ਨੇ ਮੰਗਿਆ, ਉਹਨੇ ਅੱਜ ਆ ਕੇ ਧਰਤੀ ਨੂੰ ਰੰਗਿਆ, ਧਰਤੀ ਨੂੰ ਰੰਗਿਆ। ਲਾਲ ਜਿਹੜਾ ਫਾਤਮਾ ਅਲੀ ਕੋਲੋਂ ਫਾਤਮਾ ਨੇ ਮੰਗਿਆ, ਉਹਨੇ ਅੱਜ ਆ ਕੇ ਇਸ ਧਰਤੀ ਨੂੰ ਰੰਗਿਆ। ਅਗਲਾ ਸ਼ੇਰ, ਹਸ਼ਰ ਦੀ ਧੁੱਪ ਉਹਨੂੰ ਕੁਝ ਵੀ ਨਹੀਂ ਆਖਣਾ, ਹਸ਼ਰ ਦੀ ਧੁੱਪ ਉਹਨੂੰ ਕੁਝ ਵੀ ਨਹੀਂ ਆਖਣਾ, ਗਾਜ਼ੀ ਤੇਰੇ ਝੰਡੇ ਥੱਲੋਂ ਜਿਹੜਾ ਜਿਹੜਾ ਲੰਘਿਆ, ਗਾਜ਼ੀ ਤੇਰੇ ਝੰਡੇ ਥੱਲੋਂ ਜਿਹੜਾ ਜਿਹੜਾ ਲੰਘਿਆ, ਉਹਨੇ ਅੱਜ ਆ ਕੇ ਇਸ ਧਰਤੀ ਨੂੰ ਰੰਗਿਆ, ਧਰਤੀ ਨੂੰ ਰੰਗਿਆ। ਬਾਹਰ ਸ਼ੋਰ ਹੋਇਆ, ਸ਼ੋਰ ਹੋਇਆ, ਸ਼ੋਰ ਹੋਇਆ। ਤੇ ਬੀਬੀ ਜ਼ੈਨਬ ਪਾਕ ਨੇ ਪੁੱਛਿਆ ਕਨੀਜ਼ ਕੋਲੋਂ, ਇਹ ਬਾਹਰ ਆਵਾਜ਼ ਕੀ ਦੀ ਹੈ? ਉਹਨਾਂ ਕਹੇ ਜੀ ਅੱਬਾਸ ਬੋਲ ਰਿਹਾ। ਕਾਸ਼ 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 ਅੱਲਾਹ ਤੈਨੂੰ ਇਜਾਜ਼ਤ ਦੇ ਦੇਵੇ ਸੁਬਾਨਲਾ ਬੋਲਣ ਦੀ। ਕਰੀ ਸਾਹਿਬ ਅੱਬਾਸ ਬੋਲ ਰਿਹਾ, ਦੁਪਹਿਰ ਦਾ ਟਾਈਮ ਹੈ ਤੇ ਕੀ ਕਹਿ ਰਹੇ ਨੇ? ਲੱਖਾਂ ਦੀ ਫੌਜ ਨੂੰ ਕਹਿ ਰਹੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਖੈਮੇ ਨਹਿਰ ਤੋਂ ਦੂਰ ਲੈ ਜਾਓ, ਇਹ ਹੈ ਪੰਜ ਮੁਹਰਮ ਦੀ ਗੱਲ ਕਰ ਰਿਹਾ। ਅੱਜ ਸੱਤ ਆਵਣੀ ਅੱਠਵੀਂ ਆਣੀ, ਮੈਂ ਪੰਜ ਮੁਹਰਮ ਦੀ ਗੱਲ ਕਰਨ ਲੱਗਿਆ। ਮੌਲਾ ਅੱਬਾਸ ਕਹਿ ਰਹੇ ਨੇ ਆਪਣੇ ਸਾਹਮਣੇ ਖੜੀ ਫੌਜ ਨੂੰ ਕਿ ਤੁਸੀਂ ਕਹਿੰਦੇ ਹੋ ਕਿ ਖੈਮੇ ਦੂਰ ਲੈ ਜਾਓ ਨਹਿਰ ਤੋਂ, ਦੂਰ ਜਾਣਾ ਤਾਂ ਬੜੀ ਦੂਰ ਦੀ ਗੱਲ ਹੈ, ਇਹ ਮੈਂ ਲਕੀਰ ਲਾ ਰਿਹਾ ਤਲਵਾਰ ਨਾਲ, ਕਿਸ ਮਾਈ ਦੇ ਲਾਲ ਦੀ ਹਿੰਮਤ ਹੈ ਤੇ ਇਹ ਲਕੀਰ ਟੱਪ ਜਾਵੇ। ਜਾਣ ਦਾ ਜ਼ਮਾਨਾ ਇਸ ਸ਼ੇਰ ਦੀਆਂ ਹੈ, ਸਵਾਲਾ ਨਾ ਬੋਲੇ ਬੁਗਜ਼ ਹੋ ਸਕਦਾ। ਜਾਣ ਦਾ ਜ਼ਮਾਨਾ ਇਸ ਸ਼ੇਰ ਦੀਆਂ ਹੈ, ਜਾਣ ਦਾ ਜ਼ਮਾਨਾ ਇਸ ਸ਼ੇਰ ਦੀਆਂ ਹੈ, ਜਾਣ ਦਾ ਜ਼ਮਾਨਾ ਇਸ ਸ਼ੇਰ ਦੀਆਂ ਹੈ, ਜਿਹੜਾ ਵੀ ਸੀ ਕੋਈ ਇਹਦੇ ਸਾਹਮਣੇ ਨਹੀਂ ਖੰਘਿਆ, ਜਿਹੜਾ ਵੀ ਸੀ ਕੋਈ ਇਹਦੇ ਸਾਹਮਣੇ ਨਹੀਂ ਖੰਘਿਆ, ਉਹਨੇ ਅੱਜ ਆ ਕੇ ਇਸ ਧਰਤੀ ਨੂੰ ਰੰਗਿਆ। ਮਕਤਾ ਆਪਣੀ ਹਾਜ਼ਰੀ ਦਾ ਆਖਰੀ ਸ਼ੇਰ, ਜਦੋਂ ਕਿਸੇ ਨੂੰ ਸੱਪ ਲੜ ਜਾਏ, ਆਮ ਪੰਜਾਬੀ ਅਸੀਂ ਕਹਿੰਦੇ ਦਮ ਕਰਾਇਆ, ਤੇ ਜਿਹੜਾ ਦਮ ਕਰਦਾ ਉਹਨੂੰ ਆਪਣੀ ਬੋਲੀ 'ਚ ਅਸੀਂ ਮਾਂਦਰੀ ਆਨੇ, ਜਿਹੜਾ ਦਮ ਕਰਦਾ ਉਹ ਮਾਂਦਰੀ ਹੁੰਦਾ, ਮਾਂਦਰੀ ਕੋਲ ਦਮ ਕਰਾਇਆ। ਹੁਣ ਰਸ਼ੇ ਸੁਣਨਾ, ਮਕਤਾ ਸੁਣਨਾ, ਦਾ ਮਜ਼ਾ ਲੈਣਾ ਤੇਰਾ। ਮਾਂਦਰੀ ਸੀ ਮੇਰਾ ਜਾਨੀ ਉਮੇ ਬਣੀ,
ਉਮੇ ਬਨੀਨ ਅਬਾਸ ਮੌਲਾ ਅਬਾਸ ਦੀ ਮਾਂ ਦਾ ਨਾਂ ਹੈ ਕਿਹੜਾ ਉਮੇ ਬਨੀਨ ਦਾ ਜਾਨੀ ਹੈ ਨਾ ਉਹ ਮੇਰਾ ਮਾਦਰੀ ਸੀ ਮਾਦਰੀ ਸੀ ਮੇਰਾ ਜਾਨੀ ਉਮੇ ਬਨੀਨ ਦਾ ਮਾਦਰੀ ਸੀ ਮੇਰਾ ਜਾਨੀ ਉਮੇ ਬਨੀਨ ਦਾ ਤਾਈ ਤੇ ਯਜ਼ੀਦੀਆਂ ਦੇ ਨਹੀਂ ਉਹ ਡੰਗਿਆ ਤਾਈ ਤੇ ਯਜ਼ੀਦੀਆਂ ਦੇ ਸੱਪਾ ਨਹੀਂ ਉਹ ਡੰਗਿਆ ਉਹਨੇ ਅੱਜ ਆ ਕੇਸ ਧਰਤੀ ਨੂੰ ਰੰਗਿਆ ਧਰਤੀ ਨੂੰ ਰੰਗਿਆ ਹਾਂ ਲਾਲ ਜਿਹੜਾ ਅਲੀ ਕੋਲੋਂ ਮਾਦਮ ਖੜੇ ਹੋ ਜਾਏ ਖੜੇ